ਕਰਨ ਲੱਗੀ Who is this lady? ਅਸਲਾਮ ਅਲੈਕਮ ਜੀ ਅਤੇ ਵੈਲਕਮ ਬੈਕ ਇਨ ਅਦਰ ਵਲੌਗ। ਹਾਂਜੀ ਦੋਸਤੋ, ਯਾਰੋ ਸੰਗੀਓ, ਬੇਲੀ ਅਤੇ ਮਿੱਤਰੋ, ਸੁਣਾਓ ਕੇ ਹਾਲ ਚਾਲ। ਮੈਂ ਉਮੀਦ ਕਰਨਾ ਤੁਸੀਂ ਸਾਰੇ ਠੀਕ ਹੋ ਸੋ ਅਤੇ ਵੱਲ ਹੋ ਸੋ ਬਣੇ ਰਹੋ ਮੇਰੇ ਨਾਲ ਜਨਾਬ। ਅੱਜ ਸਟਾਰਟ ਕਰਨੇ ਆ ਮਜ਼ੇਦਾਰ ਜਿਹਾ ਵਲੌਗ। ਸਟਾਰਟਿੰਗ ਜੀ ਤੁਸੀਂ ਕੀ ਚੀਜ਼ ਦੱਸਣੀ ਆ, ਕਿਆ ਯਾਦ ਕਰ ਸੋ? ਇਹ ਜੋ ਇੱਧਰੋਂ ਜਾ ਕੇ ਦੱਸਾਂ, ਇਹ ਇਹ ਦੇਖੋ ਕਿਆ ਜ਼ਬਰਦਸਤ ਫੁੱਲ ਹਨ ਜਨਾਬ। ਇਹ ਦੇਖੋ ਇਹ ਦੇਖਣੇ। ਚਲੋ ਜੀ, ਇਸੇ ਖੁਸ਼ੀ ਨਾਲ ਇੱਕ ਸਬਸਕ੍ਰਾਈਬ ਹੋ ਜਾਏ, ਕਿਉਂਕਿ ਸਵੇਰ ਸਵੇਰ ਤੁਸੀਂ ਕੀ ਫੁੱਲ ਦੇ ਸੇਨ ਤੁਸੀਂ ਕੀ ਫਰੈਸ਼ ਕੀਤਾ। ਖੈਰ ਜਨਾਬ, ਇਹ ਬੂਟਿਆਂ ਪਰ ਵੀ ਜਿਹੜਾ ਨਾ ਇਹਨਾਂ ਕੀ ਬੁਰ ਲੱਗਣਾ ਸ਼ੁਰੂ ਹੋ ਗਿਆ, ਬੂਰ ਆਉਣੇ ਜਾਂ ਕਿਆ ਆਉਣੇ, ਖੈਰ ਉਹਨਾਂ ਕੀ ਲੱਗਣਾ ਸ਼ੁਰੂ ਹੋ ਗਿਆ। ਅਤੇ ਹੋਰ ਕੁਝ ਟਾਈਮ ਬਾਅਦ ਨਾ, ਤਕਰੀਬਨ ਦੋਵਾਂ ਤਰੇ ਹਫ਼ਤਿਆਂ ਬਾਅਦ, ਇਹ ਹੈ ਤਕੜੇ ਹੋ ਇਹਨਾਂ ਦੀ ਜਨਾਬ ਖੁਸ਼ਬੋ ਸੀ ਇਸ ਰਸਤੇ ਵਿੱਚ ਇਤਨੀ ਜ਼ਬਰਦਸਤ ਕਿ ਖੈਰ ਤੁਸੀਂ ਦੱਸਾਂ, ਖੈਰ ਤੁਸੀਂ ਕਿਤੇ ਨਹੀਂ ਆ ਸਕਣਗੇ ਮੀਂਹ ਆਪਸੀ ਜਿਹੜਾ ਮੈਂ ਉੱਥੋਂ ਗੁਜ਼ਰ ਸਾਂ। ਅੱਜ ਮੌਸਮ ਵੀ ਸੋਹਣਾ ਅਤੇ ਉਧਰੋਂ ਪਾਕਿਸਤਾਨ ਅਤੇ ਯੂ ਐੱਸ ਏ ਦਾ ਮੈਚ ਵੀ ਲੱਗੇ ਆ। ਪਾਕਿਸਤਾਨ ਨੇ 3 ਆਊਟ ਹੋਏ ਅਤੇ 66 ਸਕੋਰ ਸੀ ਨੇ 10 ਓਵਰਾਂ ਵਿੱਚ। ਨਾਲ ਮੈਂ ਰੋਡ ਕ੍ਰਾਸ ਕਰ ਲਵਾਂ, ਕਿ ਕਾਰਾਂ ਆਉਣੀਆਂ ਜਾਣੀਆਂ ਪਈਆਂ ਅਤੇ ਕੋਈ ਪਤਾ ਨਹੀਂ ਹੋਣਾ ਬੁਰੇ ਵਕਤ ਨਾਲ। ਹਾਂਜੀ ਦੋਸਤੋ, ਖੈਰ ਜਨਾਬ ਮੈਂ ਵੀ ਕੰਪਨੀ ਕੋਲ ਪੁੱਜ ਗਿਆ ਅਤੇ ਜਾਣ ਗਿਆ ਮੈਂ ਅੰਦਰ ਵਾਲੇ ਪਾਸੇ। ਖੈਰ ਹੁਣ ਚਾੜ ਹੋ ਗਿਆ, ਮਗਰ ਇਹ ਕਿ ਅੱਜ ਧੁੱਪ ਨਹੀਂ ਤਪਸ ਜਿਹੜੀ ਹੈ, ਥੋੜ੍ਹੀ ਤੇਜ਼ ਟੈਂਪਰੇਚਰ ਵੀ ਜਿਹੜਾ ਨਾ 22-23 'ਤੇ ਚੱਲਣਾ ਪਿਆ। ਖੈਰ ਜੇ ਤਾਂ ਹਵਾ ਨਾ ਝੁੱਲਣੀ ਹੋਇਆ ਨਾ ਅਤੇ ਫਿਰ ਧੁੱਪ ਆਪਣਾ ਆਪ ਦੱਸਿਆ, ਮਗਰ ਇਹ ਕਿ ਫਿਲਹਾਲ ਹਵਾ ਝੁੱਲਣੀ ਹੈ ਵੀ ਇਤਨਾ ਮਹਿਸੂਸ ਨਹੀਂ ਹੋਣਾ ਪਿਆ। ਹਾਂਜੀ ਦੋਸਤੋ, ਖੈਰ ਜਨਾਬ ਹੋ ਗਈ ਆਪਣੀ ਬ੍ਰੇਕ ਅਤੇ ਕੁਝ ਖਾ ਪੀ ਲਈ ਹੈ, ਪੇਟ ਪੂਜਾ ਕਰਿਆ, ਦਾਢੀ ਲੱਗੀ ਹੈ ਭੁੱਖ, ਅਤੇ ਆ ਜਾਓ ਇਕੱਠੇ ਖਾਣੇ ਆ, ਨਹੀਂ ਤਾਂ ਫਿਰ ਮੈਂ ਤਾਂ ਲਵਾਂ ਖਾਣ। ਅਤੇ ਉੱਧਰ ਦੇਖੋ ਨਾ ਮਿਸਟਰ ਰਹਿਮਾਨ, ਛਈਆਂ ਛਈਆਂ ਆਹਾ, ਇਹ ਕਿ ਦੂਰੀ ਇਸਕੀ ਡਾਂਸ ਆਈ ਹੈ। ਓਕੇ ਮਹਾਰਾਜ, ਚਲੋ ਜੀ ਖਾ ਪੀ ਲਓ ਵੀ ਅਤੇ ਫਿਰ ਸਾਨੂੰ ਸਾਹਮਣੇ ਆਉਣੇ ਆ, ਫਿਰ ਗੱਪ ਸ਼ੱਪ ਲਾਉਣੇ ਆ। ਹਾਂਜੀ ਦੋਸਤੋ, ਖੈਰ ਜਨਾਬ ਆਪਣੀ ਹੋ ਗਈ ਆ ਬ੍ਰੇਕ ਖਤਮ ਅਤੇ ਖਾ ਪੀ ਰਿਹਾ ਸਾਰਾ ਕੁਝ, ਹੁਣ ਖੈਰ ਰੱਖੀਏ ਵਾਪਸ ਤਾਂ ਜਿਹੜੀ ਕੰਮ ਮੇਰੇ ਪਾਸ ਹੈ। ਅਤੇ ਤੁਸੀਂ ਕੀ ਕੋਈ ਗੱਲ ਦੱਸਣੀ ਜਿਹੜੀ ਜਨਾਬ, ਕੱਲ੍ਹ ਹੈ TTC ਨਹੀਂ ਇਹ ਸਟ੍ਰਾਈਕ ਆ ਉਹਨਾਂ ਨਾਲ, ਅਤੇ ਕੱਲ੍ਹ ਜਨਾਬ ਬੱਸਾਂ ਵਗੈਰਾ ਕੋਈ ਨਹੀਂ ਚੱਲਣੀਆਂ। ਅਤੇ ਦੱਸਿਆ ਹੋਇਆ ਸੀ ਉਹਨਾਂ ਕਿ ਅਸੀਂ ਅਗਰ ਬੱਸ ਚੱਲਣੀ ਹੋਈ ਤਾਂ ਕੰਮਾਂ ਪ੍ਰਾਪਸਾਂ ਜੇ ਨਾ ਚੱਲਣੀ ਹੋਈ ਤਾਂ ਫਿਰ ਕਿਸ ਤਰ੍ਹਾਂ ਆ ਸਕਦੇ ਹਾਂ। ਤਾਂ ਮੈਂ ਚਲੋ ਦੱਸਿਆ ਅਸੀਂ ਜੇ ਨਾ ਚੱਲਣੀ ਹੋਈ ਤਾਂ ਵੀ, ਪਰ ਕੱਲ੍ਹ ਤੱਕਣੇ ਕਿਆ ਬਣਨਾ ਕਿ ਕੱਲ੍ਹ ਬੱਸ ਵਗੈਰਾ ਕੋਈ ਨਹੀਂ। ਅਤੇ ਤੁਸੀਂ ਕੀ ਵੀ ਜਨਾਬ ਉਸਨੇ ਨਾਲ ਅਪਡੇਟ ਦੇਣੇ ਅਸਾਂ ਬਹਾਰ ਜਲੀ ਹੁਣ ਕੰਮ ਸਟਾਰਟ ਕਰੀਏ, ਅਤੇ ਤੁਸੀਂ ਕੀ ਅਪਡੇਟ ਦੇਸਾਂ ਜਿਸ ਟਾਈਮ ਛੁੱਟੀ ਕਰਨੀ ਹੈ ਕਿ ਕਿਉਂ ਜਿਹੜਾ ਸਟ੍ਰਾਈਕ ਕਰਨੇ ਪਏ। ਹਾਂਜੀ ਦੋਸਤੋ, ਖੈਰ ਜਨਾਬ ਛੁੱਟੀ ਹੋ ਗਈ ਤਾਂ 5 ਆਊਟ ਕਰਨੇ ਗਿਆ, ਮਿਸਟਰ ਰਹਿਮਾਨ ਆਲਰੇਡੀ ਪੁੱਜ ਚੁੱਕਿਆ ਹੈ। ਅਤੇ ਜਨਾਬ ਤੁਸੀਂ ਕੀ ਦੱਸਿਆ ਜਿਲ੍ਹਾ ਕਿ ਕੱਲ੍ਹ ਹੈ ਜਨਾਬ ਬੱਸਾਂ ਵਾਲੇ TTC ਵਾਲੇ ਨਾ ਉਹਨਾਂ ਸਟ੍ਰਾਈਕ ਕਰਨੀ ਹੈ, ਅਤੇ ਸਾਰੇ ਪੂਰੀ ਕੰਪਨੀ ਵਿੱਚ ਖਾਸ ਕਰ ਅਸਾਂ ਜਿਹੜੀ ਸ਼ਿਫਟ ਹੈ ਨਾ, ਅਸਾਂ ਇਹ ਗੱਲਾਂ ਚੱਲੀਆਂ ਪਈਆਂ ਜਨਾਬ, ਬਈ ਕੱਲ੍ਹ ਅਸਾਂ ਕੋਈ ਨਹੀਂ ਆਉਣਾ। ਅਤੇ ਬਹਰਹਾਲ ਮੈਂ ਚਲੋ 5 ਆਊਟ, ਅੱਛਾ ਉਹਨਾਂ ਜਨਾਬ ਸਟ੍ਰਾਈਕ ਕਰਨੀ ਹੈ ਤਾਂ ਸਾਰੇ ਆਉਣੇ ਨੇ, ਬਈ ਕੱਲ੍ਹ ਕੋਈ ਨਹੀਂ ਆਉਣਾ, ਸਾਰੇ ਲੱਗੇ ਹੋਏ ਨੇ, ਸਾਰਿਆਂ ਦਾ ਦਿਲ ਬਿਮਾਰ ਹੋਇਆ ਸੱਚੀ ਦੱਸਾਂ। ਜਿਸ ਕੋਲ ਗੱਡੀ ਵੀ ਆ ਨਾ ਉਸ ਨਾਲ ਵੀ ਦਿਲ ਬਿਮਾਰ ਆ, ਜਿਸ ਕੋਲ ਨਹੀਂ ਉਸਨੇ ਤਾਂ ਹੈ ਹੀ ਬਿਮਾਰ ਹੋ ਯਾਰ, ਖਾਸ ਕਰ ਅਸਾਂ ਦਿਲ ਕੋਈ ਨਹੀਂ ਭਾਈ ਕੱਲ੍ਹ ਆਉਣੇ ਨਾ। ਬਹਰਹਾਲ ਬਾਕੀ ਹੁਣ ਤੱਕਣੇ ਆ ਕਿ ਸਟ੍ਰਾਈਕ ਕਿਹੜੇ ਟਾਈਮ ਉਹ ਸਟਾਰਟ ਕਰਨੇ ਨੇ, ਕਿਆ ਕੁਝ ਹੋਣਾ ਵੈ, ਅਤੇ ਫਿਰ ਸਾਨੂੰ ਅੱਜ ਨਾ ਬਾਹਰ ਗੱਲ ਸ਼ੇਅਰ ਕੀਤੀ ਜਾ ਸੀ। ਇਹ ਉਹਦੇ ਕੋਲ ਡਲੀਨ ਉੱਧਰ ਲੱਗੀ। No, tomorrow off. ਇਹ ਲੱਗਿਆ ਜੀ ਲਿਆਣਾ ਮਾੜੀ ਕਾਰ, ਜਿਹੜੀ ਉਹਨੇ ਮਾੜੀ ਕੁੜੀ ਲੈ ਜਾ ਸੀ, ਅਤੇ ਫਿਰ ਮੈਂ ਤਾਂ ਆਵਾਂ ਲੱਗਾ।
ਬਾਰਾ ਚਲੋ ਮੁਸ਼ੀ ਧੋ ਲਵੀਏ ਤੇ ਫਿਰ ਤੁਹਾਨੂੰ ਸਾਹਮਣੇ ਆਉਣੇ ਆ। ਹਾਂਜੀ ਦੋਸਤੋ, ਖੈਰ ਜਨਾਬ ਬਾਹਰ ਆ ਚੁੱਕਿਆ ਤਾਂ ਇਹ ਅੱਜ ਜਨਾਬ ਆ ਤੱਕਣੇ ਮਾਨੀ ਕਾਰ ਵੀ ਆਈ ਹੈ, ਕੱਲ ਐਸਲਾ ਸਾਂ ਬਾਹਰ ਨਹੀਂ ਆਏ ਹੈ ਟੋਲ ਤੱਕੋ ਨਾ ਅੱਛਾ ਕੱਲ ਅਸਾਂ ਬਾਹਰ ਨਿਕਲਿਆ ਨਾ, ਕੱਲ ਮਾਨ ਨਹੀਂ ਗੱਡੀ ਕੋਈ ਸੀ ਅੰਦਰ, ਸਾਰੇ ਖੁਸ਼ ਹੋਏ ਛੁੱਟੀ ਜਲਦੀ ਹੈਗੇ ਜਲਦੀ ਜਲਦੀ ਨਿਕਲਣੇ ਆ, ਬਾਹਰ ਲੱਗਿਆ ਟੁਰੇ ਹਾਂ ਤਾਂ ਹੈਗਾ ਕਾਰ ਹੀ ਕੋਈ ਨਹੀਂ। ਬਹਰਾਲ ਅੱਜ ਨਿਕਲਿਆ ਜਨਾਬ ਤਾਂ ਕਾਰ ਖੈਰ ਗਈ ਹੈ, ਮਗਰ ਇਹ ਕਿ ਅੱਜ ਮੌਸਮ ਵੀ ਬੜਾ ਸੋਹਣਾ ਹੈ ਤੇ ਸਾਰੇ ਜਾਣ ਲੱਗੇ ਵੀ ਇਹ ਸਾਰੇ ਹੁਣ ਐਵਰੀਬਾਡੀ ਡੋਂਟ ਕਮ ਟੁਮਾਰੋ ਟੁਮਾਰੋ ਆਫ ਹੂ ਇਜ਼ ਦਿਸ ਲੇਡੀ ਹੂ ਇਜ਼ ਦਿਸ ਲੇਡੀ ਆਈ ਐਮ ਨਿਊ ਟੁਡੇ ਇਜ਼ ਫਸਟ ਡੇ ਮਾਰੀਓ ਸੀ ਯੂ ਨੈਕਸਟ ਮੰਡੇ ਨੈਕਸਟ ਮੰਡੇ because monday I'm off hey. one week yes you one week yes one week well you are coming tomorrow tomorrow I don't know we are going home with Iman so tomorrow he can drop us off okay tomorrow his daughter she's taking his car yeah taking my car tomorrow his daughter taking car so we cannot come okay ji janab hai pujh kya sa apne bus stop hai the bus is it late te bus week aa gayi 17 number aayi hai ਇੱਥੇ ਲੈਣੇ ਆਉਣ ਤੇ ਜਲਨੇ ਆ ਜਨਾਬ ਓਕੇ ਮਾਨ ਟੁਮਾਰੋ ਡੋਨਟ ਕਮ ਓਕੇ ਓਕੇ ਸੀ ਯੂ ਨੈਕਸਟ ਵੀਕ ਸੀ ਮੰਡੇ ਸੀ ਮੰਡੇ ਸੀ ਯੂ ਮੰਡੇ ਐਵਰੀਬਾਡੀ ਆਫ ਟੁਮਾਰੋ ਓਕੇ ਜੀ ਬਸ ਵੀ ਆਈ ਹੈ ਇਹ ਉਹ ਦੱਕਣੇ ਹੋ ਤੇ ਬੱਸੇ ਵਿੱਚ ਬਹਿਣੇ ਆ ਤੇ ਜਲਨੇ ਆ ਘਰੇ ਵਾਲੇ ਪਾਸੇ ਓਕੇ ਡੋਰੀਨ ਸੀ ਯੂ ਮੰਡੇ ਟੁਮਾਰੋ ਆਫ ਓਕੇ ਜੀ ਜਲਦੀ ਜਲਦੀ ਜਲੀਏ ਬਸ ਐਚ ਵਧੀਆ ਇਹ ਦੋ ਚਾਰ ਬੰਦੇ ਆ ਹੈ ਉਹ ਦੋ ਚਾਰ ਬੰਦੇ ਆ ਰਹੇ ਉਹ ਟਾਈਮ ਲੈ ਸੀ ਬਹਰਾਲ ਚਲੋ ਤੁਸਾਂ ਕਿਉਂ ਨਾਲ ਖੜਨੇ ਆ ਤਾਂ ਦੱਸਣੇ ਆ ਤੁਸੀਂ ਤਾਂ ਜਨਾਬ ਪੁੱਜ ਗਏ ਹਾਂ ਤੇ ਬਹਿਣੇ ਹੁਣ ਬਸ ਐਚ ਇੱਥੇ ਮਾਰਨੇ ਆ ਪਲੇ ਕਾਰਡ ਬਾਏ ਬਾਏ ਸੀ ਯੂ ਮੰਡੇ ਅਗੇਨ ਓਕੇ ਇਹ ਜਨਾਬ ਪੁੱਜ ਗਏ ਹਾਂ ਤੇ ਹੁਣ ਸੀਟਾਂ 'ਤੇ ਬਹਿਣੇ ਆ ਕਿਉਂਕਿ ਅੱਗੇ ਵੀ ਚਾਰ ਪੰਜ ਬੰਦੇ ਬੈਠੇ ਚਲੋ ਮਿਲਦੇ ਹਾਂ ਹਾਂਜੀ ਦੋਸਤੋ ਤਾਂ ਜਨਾਬ ਬੱਸਾਂ 'ਚ ਲੈ ਕੇ ਹੈਰ ਹੁਣ ਘਰ ਪਾਸੇ ਜਾਣ ਲੱਗਿਆ ਪਿਆ ਤਾਂ ਤੁਸੀਂ ਕੀ ਦੱਸਾਂਗੇ ਬੱਸਾਂ ਵਿੱਚ ਨਾ ਉਹ ਅਨਾਊਂਸਮੈਂਟ ਹੋਣ ਲੱਗੀ ਸੀ ਕਿ 3 ਵਜੇ ਨਾ ਸਰਗੀ ਲੈ ਉਸ ਵੇਲੇ ਬੱਸਾਂ ਚੱਲਣੀਆਂ ਬੰਦ ਹੋ ਜਾ ਸਨ ਤਾਂ ਲਿਹਾਜ਼ਾ ਕੱਲ੍ਹ ਹੋ ਸਕਣਾ ਕੋਈ ਬੱਸ ਵਗੈਰਾ ਨਾ ਆਵੇ ਮਸਲਾ ਉਹਨਾਂ ਨੇ ਕਿਹਾ ਜਨਾਬ ਮਸਲਾ ਇਹ ਉਹਨਾਂ ਨੇ ਇਹ ਆਉਣੇ ਭਾਈ ਬਈ ਅਸਾਂ ਨੇ ਤਨਖਾਹ ਥੋੜ੍ਹੀ ਵਧਾਓ ਅਤੇ ਟਾਈਮ ਵਗੈਰਾ ਸਾਨੂੰ ਠੀਕ ਨਹੀਂ ਹੈ ਇਸ ਤਰ੍ਹਾਂ ਨੇ ਉਹਨਾਂ ਨੇ ਮਸਾਇਲ ਹਨ ਬਾਕੀ ਹੁਣ ਹੋਰ ਖੈਰ ਮੀਂਹ ਵੀ ਇਤਨਾ ਨਹੀਂ ਪਤਾ ਮਗਰ ਜੋ ਵੀ ਪਤਾ ਉਸਨੇ ਦੱਸਣ ਲੱਗਿਆ ਪਿਆ ਜ਼ਿਆਦਾਤਰ ਜਿਹੜੀ ਆ ਨਾ ਕਿ ਉਹਨਾਂ ਨੇ ਪੇਮੈਂਟ ਨਹੀਂ ਹੈ ਚੱਕਰ ਅਤੇ ਉਸ ਦੀ ਵਜ੍ਹਾ ਤੋਂ ਉਹਨਾਂ ਸਟ੍ਰਾਈਕ ਕਰਨੀ ਹੈ ਕੱਲ੍ਹ ਅਤੇ ਸਾਨੂੰ ਇੱਧਰ ਜਨਾਬ ਸਾਰੇ ਪਾਸੇ ਜਿਹੜੀਆਂ ਨਾ ਬੱਸਾਂ ਬੰਦ ਹੋ ਸਨ ਜਾਂ ਜੇ ਤਾਂ ਕੋਈ ਉਹਨਾਂ ਨਾਲ ਕੋਈ ਆਮਦਰਫਤ ਹੋ ਗਈ ਕੋਈ ਗੱਲਬਾਤ ਬਣ ਗਈ ਨਹੀਂ ਤਾਂ ਫਿਰ ਖੈਰ ਬੱਸਾਂ ਚਾਲੂ ਹੋ ਜਾ ਸਨ ਅਗਰ ਨਾ ਹੋਈ ਤਾਂ ਫਿਰ ਸਾਰੀਆਂ ਬੱਸਾਂ ਬੰਦ ਹਨ ਬਾਕੀ ਟਰਾਂਸਪੋਰਟੇਸ਼ਨ ਜਿਤਨੀ ਵੀ ਹੈ ਨਾ ਟੈਕਸੀਆਂ ਵਗੈਰਾ ਜਾਂ ਆਪਣੀ ਜਿਤਨੀ ਵੀ ਉਹ ਸਾਰੀਆਂ ਚੱਲਸਨ ਖਾਲੀ ਬੱਸਾਂ ਜਿਹੜੀਆਂ ਨੇ ਉਹ ਬੰਦ ਹੋ ਸਨ DTC ਦੀਆਂ ਬੱਸਾਂ ਅਤੇ ਕੱਲ੍ਹ ਜਨਾਬ ਕੰਮੇ ਨਾ ਤੁਸੀਂ ਦੱਸਣਾ ਜਨਾਬ ਦਾ ਕੰਮੇ ਨਾ ਕੋਈ ਖਾਸ ਅਜੇ ਫਿਲਹਾਲ ਕਨਫਰਮ ਨਹੀਂ ਹੈ ਇਹ ਸੁਬਹ ਪਤਾ ਲੱਗ ਸੀ ਕਿ ਵਾਕਈ ਅਗਰ ਬੱਸਾਂ ਤਾਂ ਰੁਕੀਆਂ ਤਾਂ ਫਿਰ ਖੈਰ ਜਿਹੜਾ ਸੁਪਰਵਾਈਜ਼ਰ ਉਸਕੀ ਫੋਨ ਕਰਸਾਂ ਅਤੇ ਸਾਂ ਕਿ ਬੱਸ ਵਗੈਰਾ ਤਾਂ ਕੋਈ ਨਹੀਂ ਅਤੇ ਕਿਆ ਕਰੀਏ ਫਿਰ ਜੇ ਤਾਂ ਉਹਨਾਂ ਉਬਰ ਨਾ ਆਖਿਆ ਬਈ ਉਬਰ ਕਰਕੇ ਆ ਜਾਓ ਪੈਸੇ ਅਸਾਂ ਦੇਸਾਂ ਤਾਂ ਫਿਰ ਚਾਂਸ ਹੈ ਨਹੀਂ ਜਾਣੇ ਨੇ ਅਤੇ ਜੇ ਨਾ ਆਇਆ ਤਾਂ ਫਿਰ ਖੈਰ ਮੁਸ਼ਕਲ ਹੀ ਹੈ ਅਤੇ ਮੂਡ ਤਾਂ ਕੋਈ ਨਹੀਂ ਜਾਣੇ ਨਾ ਕੱਲ੍ਹ ਚਲੋ ਰੈਸਟ ਕਰੀਏ ਬਾਕੀ ਅੱਲਾ ਬਿਹਤਰ ਜਾਣਾ ਕੱਲ੍ਹ ਕਿਆ ਹੋਣਾ